आखिर क्यों कटरा के विधायक बलदेव राज शर्मा जी ने एक रोड के पीएमजीएसवाई के रोड के उद्घाटन के लिए मना कर दिया, देखे इस वीडियो में। ਜਿਸਲੇ ਪਾਣੀ ਨੂੰ ਪਹਿਲੇ ਹੀ ਸਾਰਾ ਗੰਦ ਚੁਕਾਉਣਾ ਚਾਹੀਦਾ, ਇਸ ਪਾਸੇ ਗੰਦ ਚੁਕਾਉਣਾ ਚਾਹੀਦਾ। ਰੋਡ ਇੱਕ ਵਾਰੀ ਬਣਦੀਆਂ ਨੇ ਲੋਕ, ਬਾਰ ਬਾਰ ਥੋੜੀ ਰੋਡ ਬਣਦੀ ਹੈ, ਇੱਕ ਵਾਰੀ। ਪਾਪਾ ਜੀ ਮੈਂ ਤੁਹਾਡੇ ਇਹਦੇ ਕੋਲ ਸੈਟਿਸਫਾਈ ਨਹੀਂ, ਮੈਂ ਇਹਦਾ ਉਦਘਾਟਨ ਨਹੀਂ ਕਰਨਾ। ਮੈਂ ਇਹਦੇ ਇਸੀ ਪਹਿਲੇ ਮੈਂ ਚੈੱਕ ਕਰਵਾਉਣਾ ਕਿ ਜਿਹੜੀ ਮਤਲਬ ਕਿ ਪ੍ਰੀ ਇਹਦੇ ਕੋਲ ਤੁਹਾਡੇ ਲੋਕਾਂ ਕੋਲ ਪਹਿਲੇ ਇਹ ਜਿਹੜੀ ਰੋਡ ਹੈ ਉਹਦੇ ਕੋਲ ਥੱਲੇ ਕੋਲ ਕੇ ਲੱਗਣਾ ਚਾਹੀਦਾ ਕਿ ਉਹ ਠੀਕ ਹੈ, ਪ੍ਰੋਪਰ ਹੈ ਕਿ ਨਹੀਂ ਹੈ। ਮੇਰੀ ਗੱਲ ਸੁਣੋ, ਤੁਸੀਂ ਆਪਣੇ ਪਰ ਕੀ ਲੈਂਦੇ ਹੋ ਗੱਲ? ਮੈਂ ਏਜੰਸੀ ਭੇਜੀ ਨਹੀਂ ਕੱਲ ਪਰਸੋਂ, ਜਿਹੜੇ ਏਜੰਸੀ ਉੱਠੀ ਆਈ ਕੱਲ, ਅਗਰ ਇੱਥੇ ਖਰਾਬੀ ਨਿਕਲੀ ਤਾਂ ਫਿਰ ਕਿਉਂ? ਫਿਰ ਤੇ ਖਰਾਬੀ ਨਿਕਲਣ ਤੇ ਫਿਰ ਕਿਉਂ? ਪੈਸੇ ਤੁਸੀਂ ਅੱਗੇ ਆਖਣਾ ਜਨਾਬ, ਹੋਰ ਗੱਲ ਕਰਾਂ ਸਾਡੀ ਤਰਫਾ ਕਰਾਂ। 3 ਮੀਟਰ ਦੇਖੋ ਇਸਦੀ ਬਈ, ਵਿੜਥ ਦੇਖੋ ਇਹ ਕਿੰਨੀ ਹੈ, ਦੇਖੋ ਬਈ ਵਿੜਥ ਦੇਖੋ। ਆਪਣੇ ਵੀਡੀਓ ਇਸਮੇ ਸਾਫ ਤੌਰ ਪਰ ਜੋ ਬਲਦੇਵ ਰਾਜ ਸ਼ਰਮਾ ਜੋ ਵਿਧਾਇਕ ਸ਼੍ਰੀ ਮਾਤਾ ਵੈਸ਼ਨੋ ਦੇਵੀ ਵਿਧਾਨ ਸਭਾ ਕੇ ਵਿਧਾਇਕ ਜੋ ਬਲਦੇਵ ਰਾਜ ਸ਼ਰਮਾ ਜੀ ਹੈ, ਦਰਅਸਲ ਇੱਕ ਪੀਐਮਜੀਐਸਵਾਈ ਕਾ ਰੋਡ ਕਾ ਉਦਘਾਟਨ ਕੇ ਲਈ ਕਾਂਜਲੀ ਗਏ ਹੋਏ ਥੇ, ਲੇਕਿਨ ਵੋ ਵਹਾਂ ਪਰ ਕੁਛ ਨਾਰਾਜ਼ ਦਿਖੇ ਔਰ ਉਨ੍ਹੋਂਨੇ ਸਾਫ ਮਨਾ ਕਰ ਦਿਆ ਕਿ ਮੈਂ ਇਸ ਰੋਡ ਕੋ ਦੇਖ ਕਰ ਸੈਟਿਸਫਾਈ ਨਹੀਂ ਹੂੰ, ਕਿਉਂਕਿ ਉਨ੍ਹਾਂ ਕਾ ਕਹਿਣਾ ਹੈ, ਉਨ੍ਹੋਂਨੇ ਬਤਾਇਆ ਕਿ ਜੋ ਇਸ ਰੋਡ ਕੀ ਕੁਆਲਿਟੀ ਹੈ, ਜੋ ਆਰਪੀਐਮ ਕੀ ਕੁਆਲਿਟੀ ਵੋ ਕਾਫੀ ਲੋ ਹੈ, ਇਸ ਲਈ ਮੈਂ ਇਸ ਰੋਡ ਕਾ ਉਦਘਾਟਨ ਕਰਕੇ ਪਾਪ ਕਾ ਭਾਗੀਦਾਰ ਨਹੀਂ ਬਣੂੰਗਾ, ਕਿਉਂਕਿ ਮੁਝੇ ਜਨਤਾ ਨੇ ਚੁਣਾ ਹੈ ਔਰ ਮੈਂ ਜਨਤਾ ਕੇ ਦੁਆਰਾ ਇਲੈਕਟਡ ਹੂੰ ਔਰ ਜਨਤਾ ਕੇ ਸਾਥ ਮੈਂ ਧੋਖਾ ਨਹੀਂ ਕਰ ਸਕਤਾ। ਇਸ ਲਈ ਉਨ੍ਹੋਂਨੇ ਉਸ ਰੋਡ ਕੇ ਉਦਘਾਟਨ ਕੇ ਲਈ ਮਨਾ ਕਰ ਦਿਆ। ਫਿਰ ਉਸਕੇ ਬਾਅਦ ਉਨ੍ਹੋਂਨੇ ਵਹਾਂ ਕੇ ਅਫਸਰ ਜੋ ਪੀਐਮਜੀਐਸਵਾਈ ਕੇ ਅਫਸਰ ਵਹਾਂ ਪਰ ਮੌਜੂਦ ਥੇ, ਉਨ੍ਹੇ ਫਟਕਾਰ ਵੀ ਲਗਾਈ ਔਰ ਅਫਸਰੋਂ ਨੇ ਆਸ਼ਵਾਸਨ ਦਿਆ ਹੈ ਕਿ ਜੋ ਆਗੇ ਕਾ ਰੋਡ ਹੋਗਾ ਇਸੇ ਦਰੁਸਤ ਕੀਆ ਜਾਏਗਾ ਔਰ ਅੱਛੀ ਤਰ੍ਹਾਂ ਅੱਛੀ ਕੁਆਲਿਟੀ ਇਸਮੇ ਯੂਜ਼ ਕੀ ਜਾਏਗੀ। ਉਦਘਾਟਨ ਕੇ ਦੌਰਾਨ ਵਹਾਂ ਕੇ ਸਰਪੰਚ ਔਰ ਉਨਕੇ ਸਾਥ ਜੋ ਉਨਕੇ ਕਾਰਯਕਰਤਾ ਅਨਯ ਲੋਕ ਵੀ ਉਨਮੇ ਮਹਾ ਵਹਾਂ ਪਰ ਮੌਜੂਦ ਥੇ। ਪਹਿਲੇ ਤੋਂ ਉਨ੍ਹੋਂਨੇ ਉਦਘਾਟਨ ਕੇ ਲੀਏ ਮਨਾ ਕਰ ਦਿਆ, ਲੇਕਿਨ ਫਿਰ ਅਫਸਰਾਨ ਦੁਆਰਾ ਪੀਐਮਜੀਐਸਵਾਈ ਕੇ ਜੋ ਅਫਸਰ ਹੈ ਉਨ੍ਹੋਂਨੇ ਬਲਦੇਵ ਰਾਜ ਸ਼ਰਮਾ ਜੀ ਕੋ ਆਸ਼ਵਾਸਨ ਦਿਆ ਕਿ ਹਮ ਇਸੇ ਜੋ ਕੁਆਲਿਟੀ ਹੈ ਅਬ ਇਸਕੀ ਸੁਧਾਰੇਂਗੇ। ਉਸਕੇ ਬਾਅਦ ਉਨਕੇ ਆਸ਼ਵਾਸਨ ਕੇ ਬਾਅਦ ਬਲਦੇਵ ਰਾਜ ਸ਼ਰਮਾ ਜੀ ਨੇ ਉਸ ਰੋਡ ਕਾ ਉਦਘਾਟਨ ਕੀਆ। ਦੇਖੇ ਜੰਮੂ ਟ੍ਰਿਬਿਊਨ ਕੀ ਇਹ ਖਬਰ। ਜਿਹੜਾ ਅਸੀਂ ਸਮੂਥ ਕਰਨਾ ਉਹ ਮੈਨੂੰ ਲੱਗਦਾ ਕਿ ਪ੍ਰੋਪਰ ਹੈ।
ਮੇਰੇ ਮੁਤਾਬਕ ਜੋ ਮਿਗੀ ਇਹ ਮੋਟੇ ਤੌਰ ਤੇ ਮੈਂ ਟੈਕਨੀਕਲ ਆਪ ਨਹੀਂ ਸਰ ਜੇ ਮੇਰੇ ਮੋਟੇ ਤੌਰ ਉੱਪਰ ਜਿਹੜੀ ਇਹ ਸੜਕ ਦੀ ਸਰਫੇਸ ਜਿਸ ਕਿਸਮ ਦਾ ਬਣਨਾ ਚਾਹੀਦਾ ਇਹ ਜਿਹੜਾ ਵਿਸ਼ੇ ਨੂੰ ਦਿਖਾ ਰਹੇ ਕੀ ਆਖਦੇ ਸੀ ਰੋਡ ਦੇ ਕੰਨੇ ਹੁਣ ਨਿਸ਼ਾਨ ਲਾਓ ਤੇ ਲਾਓ ਨਹੀਂ ਆਈ ਲਾਓ ਬਈ ਜਾਓ।